ਤੇ ਸਰ ਪੰਜਾਬ ਦੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਤੇ ਨਿਸ਼ਾਨੇ ਲਾਏ ਜਾ ਰਹੇ ਨੇ ਕਿ ਦਿੱਲੀ ਤੋਂ ਹੀ ਸਰਕਾਰ ਚਲਾਈ ਜਾ ਰਹੀ ਆ, ਰਿਮੋਟ ਕੰਟਰੋਲ ਮੈਨੂੰ ਲੱਗਦਾ ਕੇਜਰੀਵਾਲ ਹੋਲਾਂ ਦੇ ਹੱਥ 'ਚ ਆ। ਕੁਛ ਅਫਸਰਾਂ ਨਾਲ ਮੀਟਿੰਗ ਦੀਆਂ ਵੀ ਖਬਰਾਂ ਸੁਣਨ ਨੂੰ ਮਿਲੀਆਂ ਸੀ ਕਿ ਭਗਵੰਤ ਮਾਨ ਫਿਰ ਸੀਐਮ ਦੀ ਭੂਮਿਕਾ ਨਹੀਂ ਨਿਭਾ ਰਹੇ, ਇਸੇ ਤਰ੍ਹਾਂ ਦੀ ਗੱਲਾਂ ਲੱਗਦੀਆਂ ਨੇ ਜੀ? ਬਿਲਕੁਲ ਇਸੇ ਤਰ੍ਹਾਂ ਦੀਆਂ ਗੱਲਾਂ ਜੀ, ਤੁਸੀਂ ਬਿਲਕੁਲ ਠੀਕ ਫੜੀ ਆ ਨਬਜ਼, ਤੁਹਾਡੇ ਕੋਲ ਖਬਰਾਂ ਲੱਗਦਾ ਪਹੁੰਚ ਗਈਆਂ ਨੇ ਸਾਰੀਆਂ, ਕਿਉਂਕਿ ਖਬਰਾਂ ਅੱਜ ਕੱਲ੍ਹ ਮੀਡੀਆ ਜਿਹੜਾ ਉਹ ਬੜਾ ਤੇਜ਼ ਹੈ, ਔਰ ਜਦੋਂ ਕੋਈ ਮੀਟਿੰਗ ਹੁੰਦੀ ਹੈ ਤਾਂ ਫਿਰ ਉਹ ਹੱਦਾਂ ਬੰਨੇ ਟੱਪ ਕੇ ਦੂਰ ਦੁਰਾਡੇ ਲੋਕਾਂ ਤੱਕ ਪਹੁੰਚ ਜਾਂਦੀ ਹੈ, ਖਾਸ ਕਰਕੇ ਉਦੋਂ ਜਦੋਂ ਦਿਲਚਸਪੀ ਰੱਖੀ ਜਾ ਰਹੀ ਹੋਵੇ ਅਤੇ ਲੋਕ ਉਹਨਾਂ ਖਬਰਾਂ ਵਿੱਚ ਇੰਟਰਸਟ ਲੈਂਦੇ ਹੋਣ। ਹੁਣ ਗੱਲ ਇਸ ਤਰ੍ਹਾਂ ਹੋਈ ਹੈ ਕਿ ਜਦੋਂ ਦੀ ਸਰਕਾਰ ਬਣੀ ਹੈ, ਆਪਾਂ ਇਹ ਗੱਲ ਵਾਰ ਵਾਰ ਕਰਦੇ ਹਾਂ, ਦੁਹਰਾਉਂਦੇ ਹਾਂ, ਸਰੋਤਿਆਂ ਨੂੰ ਦੱਸਦੇ ਹਾਂ ਆਪਾਂ ਕਿ 16 ਮਾਰਚ ਨੂੰ ਸਰਕਾਰ ਨੇ ਮੁੱਖ ਮੰਤਰੀ ਨੇ ਸਹੁੰ ਚੁੱਕੀ ਸੀ, 16 ਅਪ੍ਰੈਲ ਅਜੇ ਆਉਣੀ ਹੈ, ਜਦੋਂ ਮਹੀਨਾ ਹੋਣਾ 4 ਦਿਨ ਪਏ ਨੇ ਜੀ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਨਾ, ਉਹਨੇ ਪੰਜਾਬ ਦੇ ਜੋ ਹਾਲਾਤ ਸੀ ਉਸ ਸੰਦਰਭ ਦੇ ਵਿੱਚ ਅਜੇ ਤੱਕ ਕੁਛ ਕਾਬਲੇ ਜ਼ਿਕਰ, ਕਾਬਲੇ ਗੌਰ, ਕੁਛ ਵਰਣਨਯੋਗ, ਕੋਈ ਬਹੁਤ ਵੱਡੀ ਪ੍ਰਾਪਤੀ ਜੇ ਆਪਾਂ ਕਹੀਏ ਤਾਂ ਉਹ ਨਹੀਂ ਕੀਤੀ, ਜਿਹਦੇ ਵਾਸਤੇ ਸਰਕਾਰ ਨੂੰ ਕੁਛ ਰੱਦ ਕਰਨਾ ਪਵੇ ਜਾਂ ਜਿਹਦਾ ਜਿਹੜਾ ਸਿੱਧਾ ਅਸਰ ਹੈ ਅੱਗੇ ਲੋਕਾਂ ਦੇ ਉੱਤੇ ਪਵੇ। ਵਾਅਦੇ ਜਿਹੜੇ ਕੀਤੇ ਸੀ ਉਹ ਵਾਅਦੇ ਵੀ ਅਜੇ ਅਮਲੀ ਰੂਪ ਉਹਨਾਂ ਨੇ ਨਹੀਂ ਧਾਰਿਆ, ਲੋਕ ਉਹਨਾਂ ਨੂੰ ਵੀ ਵੇਟ ਕਰ ਰਹੇ ਨੇ। ਔਰ ਇਹਨਾਂ ਦੇ ਵਿੱਚ ਸਭ ਤੋਂ ਇੱਕ ਅਹਿਮ ਵਾਅਦਾ ਜਿਹੜਾ ਪੰਜਾਬ ਦੇ ਲੋਕਾਂ ਨਾਲ ਜੁੜਿਆ ਸੀ ਉਹ ਸੀ ਕਿ ਹਰੇਕ ਘਰ ਨੂੰ 300 ਯੂਨਿਟ ਬਿਜਲੀ ਮੁਫਤ ਦੇਵਾਂਗੇ। ਇਸ ਮਾਮਲੇ ਉੱਤੇ ਜਿਹੜੀ ਸਥਿਤੀ ਹੈ ਉਹ ਕਾਫੀ ਚਿੰਤਾਜਨਕ ਬਣੀ ਹੈ ਪਿਛਲੇ ਦਿਨਾਂ ਤੋਂ। ਪੰਜਾਬ ਵਿੱਚ ਬਿਜਲੀ ਦਾ ਸੰਕਟ ਚੱਲ ਰਿਹਾ ਉਹ ਇੱਕ ਵੱਖਰੀ ਗੱਲ ਹੈ, ਰੇਟ ਜਿਹੜੇ ਸੀ ਚੰਨੀ ਸਰਕਾਰ ਨਾਲ ਵਧਾ ਦਿੱਤੇ ਗਏ ਉਹ ਦੂਜੀ ਗੱਲ ਹੈ, ਅਤੇ 300 ਯੂਨਿਟ ਬਿਜਲੀ ਮੁਫਤ ਅਜੇ ਤੱਕ ਨਾ ਦਿੱਤੀ ਜਾਣੀ ਜਾਂ ਉਹਦੇ ਬਾਰੇ ਕੋਈ ਐਲਾਨ ਨਾ ਕੀਤਾ ਜਾਣਾ ਇਹ ਤੀਜੀ ਗੱਲ ਹੈ। ਹੁਣ ਅੱਜ ਜਿਹੜੀ ਮੀਟਿੰਗ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋ ਰਹੀ ਆ, ਉਹਨਾਂ ਨੇ ਦਿੱਲੀ ਦੇ ਵਿੱਚ ਬੁਲਾਈ, ਔਰ ਉਹਦੇ ਵਿੱਚ ਪਤਾ ਲੱਗਿਆ ਕਿ ਇਸ ਮਸਲੇ ਦੇ ਉੱਤੇ ਹੀ ਡਿਸਕਸ ਕਰਨ ਲਈ, ਵਿਚਾਰ ਚਰਚਾ ਕਰਨ ਵਾਸਤੇ ਉਹ ਮੀਟਿੰਗ ਬੁਲਾਈ ਸੀ ਕਿ 300 ਯੂਨਿਟ ਜਿਹੜਾ ਮੁਫਤ ਦਾ ਐਲਾਨ ਕਰ ਬੈਠੇ ਹਾਂ, ਔਰ ਉਹ ਐਲਾਨ ਜਿਹੜਾ ਸੀ ਉਹ ਖਾਸ ਕਰਕੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਹੀ ਕੀਤਾ ਸੀ ਕਿ ਸਾਡੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਅਸੀਂ ਇਸ ਤਰ੍ਹਾਂ ਕਰਾਂਗੇ। ਉਸ ਮਸਲੇ ਉੱਤੇ ਵਿਚਾਰ ਕਰਨ ਵਾਸਤੇ ਉਹਨਾਂ ਨੇ ਮੀਟਿੰਗ ਬੁਲਾਈ, ਜਿਹਦੇ ਵਿੱਚ ਪੰਜਾਬ ਦੇ ਚੀਫ ਸੈਕਟਰੀ ਅਨਿਰੁੱਧ ਤਿਵਾੜੀ ਹੋਰੀ ਵੀ ਮੌਜੂਦ ਸੀਗੇ, ਜਿਹੜੇ ਊਰਜਾ ਸੈਕਟਰੀ ਹੈ ਦਲੀਪ ਕੁਮਾਰ ਵੀ ਸੀ, ਇਹਦੇ PSPCL ਦੇ ਚੇਅਰਮੈਨ ਬਲਦੇਵ ਸਿੰਘ ਸਰਨ ਉਹ ਵੀ ਮੌਜੂਦ ਸੀ, ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਮੌਜੂਦ ਸੀ, ਇੱਕ ਦਿੱਲੀ ਦੇ ਮੰਤਰੀ ਹੈ ਜਿਹੜੇ ਸਤਿੰਦਰ ਜੈਨ ਉਹ ਵੀ ਮੌਜੂਦ ਸੀ। ਪਰ ਹੈਰਾਨਗੀ ਦੀ ਗੱਲ ਇਹ ਆ ਕਿ ਨਾ ਇਹਦੇ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਮੌਜੂਦ ਸੀ ਅਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸੀ। ਹੋ ਸਕਦਾ ਉਹਨਾਂ ਨੇ ਆਪਦੀ ਸਲਾਹ ਨਾਲ, ਵਿਚਾਰ ਨਾਲ ਗਿਣ ਮਿਥ ਕੇ ਜਾਂ ਕਿਸੇ ਯੋਜਨਾ ਅਧੀਨ ਇਹ ਕੀਤਾ ਹੋਵੇ, ਜਾਂ ਹੋ ਸਕਦਾ ਭਗਵੰਤ ਮਾਨ ਕੋਲ ਇਹਦੇ ਵਾਸਤੇ ਸਮਾਂ ਨਾ ਹੋਵੇ, ਇਹ ਵੀ ਹੋ ਸਕਦਾ। ਪਰ ਐਡੀ ਅਹਿਮ ਮੀਟਿੰਗ ਜਿਹੜੀ ਹੈ ਉਹ ਪੰਜਾਬ ਦੇ ਬਾਰੇ ਫੈਸਲਾ ਕਰਨਾ ਹੋਵੇ ਅਤੇ ਉਹਦੇ 'ਚ ਮੁੱਖ ਮੰਤਰੀ ਦੀ ਮੌਜੂਦਗੀ ਤਵੱਕੋਂ ਕੀਤੀ ਜਾਂਦੀ ਸੀ ਕਿ ਜ਼ਰੂਰ ਹੋਵੇਗੀ। ਹੁਣ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਤਾਂ ਵਿਰੋਧੀ ਧਿਰ ਸਾਰੀ ਜਿਹੜੀ ਸੀ ਉਹ ਇਕੱਠੀ ਹੋ ਗਈ। ਉਹਨਾਂ ਨੇ ਕਿਹਾ ਦੇਖੋ ਅਸੀਂ ਤਾਂ ਪਹਿਲਾਂ ਹੀ ਇਹ ਕਹਿੰਦੇ ਸੀ ਕਿ ਬੇਸ਼ੱਕ ਭਗਵੰਤ ਮਾਨ ਜਿਹੜੇ ਨੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਗਿਆ, ਪਰ ਰਿਮੋਟ ਕੰਟਰੋਲ ਜਿਹੜਾ ਹੈ ਉਹ ਉਹਨਾਂ ਦੇ ਹੱਥ ਵਿੱਚ ਹੀ ਰਹਿਣਾ, ਅਰਵਿੰਦ ਕੇਜਰੀਵਾਲ ਹੋਰਾਂ ਦੇ ਹੱਥ ਵਿੱਚ, ਉਹਨਾਂ ਨੇ ਆਪਣੀ ਮਰਜ਼ੀ ਨਾਲ ਸਰਕਾਰ ਚਲਾਉਣੀ ਹੈ। ਕੁਛ ਖਬਰਾਂ ਇਸ ਤਰ੍ਹਾਂ ਦੀਆਂ ਵੀ ਆ ਰਹੀਆਂ ਨੇ ਕਿ ਜਿਹੜੀਆਂ ਵੱਡੇ ਅਫਸਰਾਂ ਦੀਆਂ ਨਿਯੁਕਤੀਆਂ ਹੋ ਰਹੀਆਂ ਨੇ ਉਹ ਉਹਨਾਂ ਦੀ ਇੱਛਾ ਅਨੁਸਾਰ ਹੋ ਰਹੀਆਂ ਨੇ, ਅਰਵਿੰਦ ਕੇਜਰੀਵਾਲ ਦੀ ਇੱਛਾ ਅਨੁਸਾਰ। ਫਿਰ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਕੈਬਨਿਟ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਵੱਖ ਵੱਖ ਵਿਭਾਗਾਂ ਵੱਲੋਂ ਕੁਝ ਫੈਸਲੇ ਜਿਹੜੇ ਵੀ ਕੀਤੇ ਜਾਂਦੇ ਨੇ ਜਾਂ ਜਿਸ ਸੰਬੰਧ 'ਚ ਕੋਈ ਵੀ ਕਦਮ ਚੁੱਕਿਆ ਜਾਣਾ ਕਿਸੇ ਵੀ ਸਿਲਸਿਲੇ ਵਿੱਚ, ਉਹਨਾਂ ਦੀਆਂ ਫਾਈਲਾਂ ਉੱਤੇ ਨਜ਼ਰਸਾਨੀ ਕਰਨ ਵਾਸਤੇ ਕੇਜਰੀਵਾਲ ਹੋਰਾਂ ਦੀ ਇੱਕ ਟੀਮ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਮੌਜੂਦ ਹੈ। ਪਹਿਲਾਂ ਉਹ ਫਾਈਲ ਜਿਹੜੀ ਆ ਸੰਬੰਧਿਤ ਮੰਤਰੀ ਕੋਲ ਨਹੀਂ ਜਾਂਦੀ ਜਾਂ ਮੁੱਖ ਮੰਤਰੀ ਕੋਲ ਨਹੀਂ ਜਾਂਦੀ, ਉਹ ਉਸ ਟੀਮ ਕੋਲ ਜਾਂਦੀ ਹੈ ਜਿਹੜੇ ਉਹਦੇ ਸਾਰਾ ਲੇਖਾ ਜੋਖਾ ਦੇਖਦੇ ਹੈ। ਹੁਣ ਇਹ ਗੱਲਾਂ ਨੇ ਇਹਨਾਂ ਵਿੱਚ ਕਿੰਨੀ ਕੁ ਹਕੀਕਤ ਹੈ ਜਾਂ ਕਿੰਨੀ ਨਹੀਂ, ਕਿਉਂਕਿ ਇਹ ਸਾਰਾ ਕੁਛ ਔਨ ਦੀ ਰਿਕਾਰਡ ਨਹੀਂ ਹੁੰਦਾ, ਇਹ ਸਾਰਾ ਕੁਛ ਅੰਦਰ ਖਾਤੇ ਹੁੰਦਾ ਜਾਂ ਚੁੱਪ ਚਪੀਤੇ ਹੁੰਦਾ। ਇਹ ਪਾਰਟੀਆਂ ਦੀ ਆਪਣੀ ਆਪਣੀ ਜਿਹੜੀ ਆ ਉਹ ਰਣਨੀਤੀ ਹੁੰਦੀ ਹੈ, ਪੈਂਤੜੇਬਾਜ਼ੀ ਹੁੰਦੀ ਹੈ।
ਪਰ ਹੁਣ ਜਿਹੜੀ ਇਹ ਗੱਲ ਹੋਈ ਹੈ ਇਹਦੇ ਨਾਲ ਵਿਰੋਧੀ ਪਾਰਟੀਆਂ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਖੁੱਲ੍ਹ ਕੇ ਬੋਲਣ ਦਾ ਮੌਕਾ ਮਿਲ ਗਿਆ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਨੇ ਰਾਜਾ ਵੜਿੰਗ, ਉਹਨਾਂ ਨੇ ਕਿਹਾ ਜੀ ਇਹ ਪਹਿਲਾਂ ਤਾਂ ਜਾ ਕੇ ਉੱਥੇ ਸਿਰ ਝੁਕਾਇਆ ਸੀ ਜਦੋਂ ਮੁੱਖ ਮੰਤਰੀ ਬਣੇ ਨੇ, ਹੁਣ ਪੂਰੀ ਤਰ੍ਹਾਂ ਮੱਥਾ ਹੀ ਟੇਕ ਦਿੱਤਾ ਵੀ ਜੋ ਕੁਛ ਕਰਨਾ ਉਹਨਾਂ ਨੇ ਉਹ ਕਰਨ। ਉਹਨਾਂ ਨੇ ਟਵੀਟ ਕਰਕੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਪੰਜਾਬ ਦੇ ਅਧਿਕਾਰੀਆਂ ਦੀ ਬੈਠਕ ਹੋਈ ਹੈ ਤਾਂ ਉਹਦੇ ਵਿੱਚ ਮੁੱਖ ਮੰਤਰੀ ਦਾ ਨਾ ਹੋਣਾ, ਊਰਜਾ ਮੰਤਰੀ ਦਾ ਨਾ ਹੋਣਾ ਇਹ ਮਤਲਬ ਠੀਕ ਨਹੀਂ ਹੈ। ਅਤੇ ਨਾਲ ਉਹਨਾਂ ਸਵਾਲ ਖੜ੍ਹਾ ਕੀਤਾ ਰਾਜਾ ਵੜਿੰਗ ਨੇ, ਜਿਹੜੇ ਪੰਜਾਬ ਕਾਂਗਰਸ ਦੇ ਹੁਣ ਪ੍ਰਧਾਨ ਬਣਾਏ ਗਏ ਨੇ, ਬੜਾ ਵੱਡਾ ਅਹੁਦਾ ਉਹਨਾਂ ਦੇ ਕੋਲ ਹੈ ਇਸ ਵੇਲੇ। ਉਹਨਾਂ ਨੇ ਗੱਲ ਕੀਤੀ ਹੈ ਕਿ ਕੀ ਪੰਜਾਬ ਦੀ ਸਰਕਾਰ ਜਿਹੜੀ ਹੈ ਇਹ ਕਠਪੁਤਲੀ ਸਰਕਾਰ ਹੈ ਜਾਂ ਇਹ ਦਿੱਲੀ ਤੋਂ ਚੱਲ ਰਹੀ ਹੈ, ਔਰ ਕਿਸ ਤਰ੍ਹਾਂ ਜਿਹੜੀ ਹੈ ਪੰਜਾਬ ਦੇ ਅਧਿਕਾਰੀਆਂ ਨਾਲ ਜਿਹੜੀ ਮੀਟਿੰਗ ਹੈ ਉਹ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਸ ਅਧਿਕਾਰ ਨਾਲ ਅਤੇ ਕਿਸ ਹੈਸੀਅਤ ਦੇ ਨਾਲ ਕੀਤੀ ਹੈ। ਜਿਹੜੇ ਸਾਬਕਾ ਪ੍ਰਧਾਨ ਨੇ ਨਵਜੋਤ ਸਿੱਧੂ, ਉਹਨਾਂ ਨੇ ਵੀ ਕੁਝ ਸ਼ਾਇਰਾਨਾ ਅੰਦਾਜ਼ ਦੇ ਵਿੱਚ ਟਿੱਪਣੀਆਂ ਕੀਤੀਆਂ ਨੇ ਅਤੇ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਚੱਲਣੇ ਦੋ ਆਂਧੀਆਂ ਹਕੀਕਤ ਕੀ, ਨਾ ਜਾਣੇ ਕੌਣ ਸੇ ਝੋਂਕੇ ਸੇ ਬਹਿਰੂਪੀਓਂ ਕੇ ਮਖੌਟੇ ਉੜ ਜਾਏ। ਉਹਨਾਂ ਨੇ ਇਹ ਟਵੀਟ ਕਰਕੇ ਇਹਦੇ ਉੱਤੇ ਇਸ ਮਾਮਲੇ ਦੇ ਉੱਤੇ ਟਿੱਪਣੀ ਕੀਤੀ ਹੈ। ਨਾਲ ਉਹਨਾਂ ਇਹ ਵੀ ਕਿਹਾ ਕਿ ਜਿਹੜਾ ਸੰਘੀ ਢਾਂਚੇ ਦਾ ਸਪਸ਼ਟ ਉਲੰਘਣ ਹੈ ਇਹ ਅਤੇ ਪੰਜਾਬ ਦਾ ਅਪਮਾਨ ਹੈ। ਕੇਜਰੀਵਾਲ ਤੋਂ ਅਤੇ ਭਗਵੰਤ ਮਾਨ ਤੋਂ ਉਹਨਾਂ ਨੇ ਸਪਸ਼ਟੀਕਰਨ ਵੀ ਮੰਗਿਆ ਕਿ ਤੁਸੀਂ ਦੱਸੋ ਇਹ ਅਜਿਹਾ ਜੋ ਕਦਮ ਚੁੱਕਿਆ ਗਿਆ ਜਾਂ ਜੋ ਮੀਟਿੰਗ ਹੋਈ ਹੈ ਇਹ ਕਿਉਂ ਹੋਈ ਹੈ। ਇਸੇ ਤਰ੍ਹਾਂ ਦੀ ਟਿੱਪਣੀ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ, ਉਹ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਇੱਦਾਂ ਹੋਣਾ ਅਤੇ ਦੇਖ ਲਓ ਮੈਂ ਜੋ ਸਿੱਟਾ ਕੱਢਿਆ ਸੀ ਉਹ ਬਿਲਕੁਲ ਠੀਕ ਸਾਬਤ ਹੋਇਆ ਕਿ ਜੇ ਪੰਜਾਬ ਦੇ ਅਫਸਰਾਂ ਦੀ ਮੀਟਿੰਗ ਕੇਜਰੀਵਾਲ ਨੇ ਲਈ ਆ ਤਾਂ ਇਹਦੇ ਤੋਂ ਉਹੀ ਗੱਲ ਜਿਹੜੀ ਆ ਉਹ ਸਾਬਤ ਹੋਈ ਹੈ ਜਿਹੜਾ ਜੋ ਜਿਸ ਗੱਲ ਦਾ ਡਰ ਸੀ ਪਹਿਲਾਂ ਉਹੀ ਹੋ ਰਿਹਾ ਸੀ ਕਿ ਇਹ ਸਰਕਾਰ ਜਿਹੜੀ ਹੈ ਇਹ ਕਠਪੁਤਲੀ ਸਰਕਾਰ ਹੋਵੇਗੀ, ਇਹ ਸਰਕਾਰ ਦਿੱਲੀ ਤੋਂ ਚਲਾਈ ਜਾਏਗੀ, ਪੰਜਾਬ ਤੋਂ ਇਹ ਸਰਕਾਰ ਨਹੀਂ ਚੱਲੇਗੀ। ਔਰ ਕੇਜਰੀਵਾਲ ਨੇ ਤਾਂ ਜਦੋਂ ਅਜੇ ਅਸੀਂ ਉਮੀਦ ਨਹੀਂ ਸੀ ਕਰਦੇ ਕਿ ਹੁਣੇ ਬੜੀ ਛੇਤੀ ਉਹ ਇਹਦੇ ਉੱਤੇ ਕਬਜ਼ਾ ਕਰ ਲੈਣਗੇ ਪੰਜਾਬ ਦੀ ਮਤਲਬ ਸੱਤਾ ਦੇ ਉੱਤੇ ਜਾਂ ਇਸ ਢੰਗ ਦੇ ਨਾਲ ਉਹ ਹੱਥ ਪਾ ਲੈਣਗੇ ਪੰਜਾਬ ਨੂੰ, ਉਹਨਾਂ ਨੇ ਬੜੀ ਜਲਦੀ ਪਹਿਲਾਂ ਹੀ ਹੱਥ ਪਾ ਲਿਆ। ਅਤੇ ਇਹਦੇ ਤੋਂ ਇਹ ਸਿੱਟਾ ਵੀ ਨਿਕਲਦਾ ਹੈ ਕਿ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਇੱਕ ਰਬੜ ਸਟੈਂਪ ਨੇ। ਇਸੇ ਕਾਰਨ ਕਰਕੇ ਹੀ ਕੇਜਰੀਵਾਲ ਹੋਰਾਂ ਨੇ ਜਿਹੜੀ ਅਧਿਕਾਰੀਆਂ ਦੀ ਉੱਤੇ ਬੈਠਕ ਬੁਲਾਈ ਹੈ ਅਤੇ ਇਸ ਗੱਲ ਨੂੰ ਉਹਨਾਂ ਨੇ ਸਹੀ ਸਾਬਤ ਕਰ ਦਿੱਤਾ। ਹੁਣ ਸਾਰੀਆਂ ਧਿਰਾਂ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਨਿਸ਼ਾਨੇ ਉਹ ਕੱਸੇ ਜਾ ਰਹੇ ਨੇ, ਜਿਹੜੇ ਲੋਕ ਨੇ ਉਹ ਵੀ ਹੈਰਾਨ ਨੇ। ਇਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਭਗਵੰਤ ਮਾਨ ਹੋਰਾਂ ਦੀ ਵੀ 2-2.5 ਘੰਟੇ ਮੀਟਿੰਗ ਜਿਹੜੀ ਹੈ ਅਰਵਿੰਦ ਕੇਜਰੀਵਾਲ ਦੇ ਨਾਲ ਹੋਈ ਹੈ। ਉਸ ਤੋਂ ਬਾਅਦ ਉਹਨਾਂ ਨੇ ਇਹ ਐਲਾਨ ਵੀ ਕੀਤਾ ਕਿ ਮੈਂ ਬੜੀ ਛੇਤੀ ਪੰਜਾਬ ਨੂੰ ਇੱਕ ਚੰਗੀ ਖਬਰ ਦੇਣ ਵਾਲਾ। ਹੋ ਸਕਦਾ ਹੈ ਉਹ ਪਹਿਲਾਂ ਸਾਰਾ ਕੁਝ ਜਿਹੜਾ ਹੈ ਉਹ ਖਿਚੜੀ ਪੱਕ ਚੁੱਕੀ ਹੈ ਅਤੇ ਉਹ ਬਾਅਦ ਵਿੱਚ ਭਗਵੰਤ ਮਾਨ ਨੂੰ ਦੱਸ ਦਿੱਤਾ ਗਿਆ ਹੋਵੇ ਕਿ ਇਹ ਇਸ ਇਸ ਢੰਗ ਦੇ ਨਾਲ ਪਰੋਸੀ ਜਾਣੀ ਹੈ, ਕਿਉਂਕਿ ਕੱਲ੍ਹ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੈ ਔਰ ਉਸ ਮੀਟਿੰਗ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਉਹ ਐਲਾਨ ਕਰ ਸਕਦੇ ਨੇ ਜੋ ਕੁਛ ਉੱਥੇ ਜਿਸ ਤਰ੍ਹਾਂ ਦੀ ਰੂਪਰੇਖਾ ਉਹਦੀ ਤਿਆਰ ਕੀਤੀ ਗਈ ਹੈ। ਉਹ ਬਿਜਲੀ ਬਾਰੇ ਗੱਲ ਹੈ ਜਾਂ ਕੋਈ ਹੋਰ ਵੱਡੀ ਗੱਲ ਹੈ ਜਾਂ ਕੀ ਗੱਲ ਹੈ, ਉਹ ਜੋ ਵੀ ਕੁਛ ਉੱਥੇ ਕੀਤਾ ਗਿਆ, ਕਿਉਂਕਿ 99% ਇਹੋ ਤਵੱਕੋ ਕੀਤੀ ਜਾ ਰਹੀ ਹੈ ਕਿ ਉਹ ਮਾਮਲਾ 300 ਯੂਨਿਟ ਫਰੀ ਦੇਣ ਦਾ ਇਹਦੇ ਨਾਲ ਹੀ ਰਿਲੇਟਡ ਹੈ। ਅਤੇ ਉਹ ਹੁਣ ਉਹਨਾਂ ਨੇ ਭਗਵੰਤ ਮਾਨ ਨੂੰ ਬਾਅਦ ਵਿੱਚ ਮੀਟਿੰਗ ਤੋਂ ਬਾਅਦ ਵਿੱਚ ਬੁਲਾ ਕੇ ਦੱਸ ਦਿੱਤਾ ਗਿਆ ਕਿ ਇਹ ਇੱਦਾਂ 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 ਕੀਤਾ ਜਾਣਾ ਚਾਹੀਦਾ ਅਤੇ ਤੁਸੀਂ ਕੱਲ੍ਹ ਨੂੰ ਜਾ ਕੇ ਐਲਾਨ ਕਰ ਦਿਓ। ਉਹ ਹੁਣ ਕੱਲ੍ਹ ਕੈਬਨਿਟ ਦੀ ਮੀਟਿੰਗ ਦੇ ਵਿੱਚ ਐਲਾਨ ਕਰ ਸਕਦੇ। ਜੀ ਸੰਧੂ ਸਾਹਿਬ ਨਾਲ ਖਬਰਾਂ ਦਾ ਸਿਲਸਿਲਾ ਅਗਾਂਹ ਤੋਰਦੇ ਹਾਂ, ਪਰ ਉਸ ਤੋਂ ਪਹਿਲਾਂ ਦੀ ਖਬਰ ਇਹ ਹੈ ਕਿ ਬਰੁਕਲਿਨ ਨਿਊਯਾਰਕ ਉਹਦੇ ਸਬਵੇ ਸਟੇਸ਼ਨ ਦੇ ਉੱਤੇ ਫਾਇਰਿੰਗ ਹੋਈ ਆ। ਉੱਥੋਂ ਦੇ ਤਕਰੀਬਨ 8:30 ਵਜੇ ਯਾਨੀ ਤਕਰੀਬਨ 6:30 ਵਜੇ ਦਾ ਸਮਾਂ ਹੋਏਗਾ ਜਦੋਂ ਕਹਿੰਦੇ ਕਿਸੇ ਨੇ ਮੂੰਹ 'ਤੇ ਗੈਸ ਮਾਸਕ ਲਾਇਆ ਹੋਇਆ ਸੀ, ਔਰੇਂਜ ਕੰਸਟਰਕਸ਼ਨ ਵੈਸਟ ਉਹੀ ਉਹ ਕਿਤੇ ਯੈਲੋ ਵੈਸਟ ਕਿਤੇ ਫਰਾਂਸ ਵਾਲਿਆਂ ਨਾਲ ਨਾ ਜੁੜਦੀ ਹੋਵੇ, ਅਜੇ ਪਤਾ ਨਹੀਂ ਕਿ ਉਸ ਵਿਚਾਰਧਾਰਾ ਜਾਂ ਉਹਦੇ ਨਾਲ ਮਿਲ ਕੇ ਆ ਉਹੀ ਪੀਲੀ ਝੱਗੀ ਜੀ ਪਾਈ ਆ ਅਤੇ ਇਹਨੇ ਚਲਾਕਤੀਆਂ ਉੱਥੇ ਜਾ ਕੇ ਪਾਈ ਗੋਲੀਆਂ ਅਤੇ ਸਟੇਸ਼ਨ ਦੇ ਉੱਤੇ ਕਹਿੰਦੇ 5 ਬੰਦੇ ਕੁਝ ਜ਼ਿਆਦਾ ਜ਼ਖਮੀ, ਹਜੇ ਨੰਬਰ ਆ ਰਹੇ ਨੇ ਅਤੇ 13 ਬੰਦੇ ਜ਼ਖਮੀ ਹੋ ਕੇ ਕਹਿੰਦੇ ਥੱਲੇ ਡਿੱਗੇ ਪਏ ਵਿਖਾਈ ਦਿੱਤੇ ਨੇ। ਪੁਲਿਸ ਉੱਥੇ ਹਫੜਾ ਦਫੜੀ 'ਚ ਪਹੁੰਚੀ ਹੋਈ ਹੈ। US ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਆਮ ਹੀ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਜਨਤਕ ਥਾਵਾਂ ਦੇ ਉੱਤੇ ਇਨਡਿਸਕ੍ਰਿਮੀਨੇਟ ਫਾਇਰਿੰਗ। ਅਤੇ ਹੁਣ ਦੇਖਾਂਗੇ ਇਹਦੇ ਵਿੱਚ ਹੋਰ ਕੀ ਕਹਾਣੀ ਨਿਕਲ ਕੇ ਮੂਹਰੇ ਆਉਂਦੀ ਹੈ। ਜੀ ਸੰਧੂ ਸਾਹਿਬ, ਪੰਜਾਬ ਦੀਆਂ ਖਬਰਾਂ ਦੇ ਵੱਲ ਆਉਂਦੇ ਹਾਂ ਜੀ, ਅਤੇ
ਲਖੀਮਪੁਰ ਖੀਰੀ ਕਾਂਡ ਦੇ ਗਵਾਹ ਦੇ ਉੱਤੇ ਕਹਿੰਦੇ ਹਮਲਾ ਹੋਇਆ ਤੇ ਉਹ ਕਹਿ ਰਿਹਾ ਕਿ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਇਹ ਕਿਸ ਪਾਸੇ ਦਾ ਗਵਾਹ ਹੈ? ਇਹ ਕਿਸਾਨਾਂ ਵਾਲੇ ਪੱਖ ਦਾ ਗਵਾਹ ਹੈ, ਜਿਹੜਾ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਉਹਨਾਂ ਦਾ ਜਿਹੜਾ ਬੇਟਾ ਜਿਹਦੀ ਗੱਡੀ ਦੇ ਥੱਲੇ ਆ ਕੇ ਕਿਸਾਨ ਕੁਚਲੇ ਗਏ ਸੀ ਔਰ ਇੱਕ ਪੱਤਰਕਾਰ ਜਿਹੜਾ ਉਹ ਵੀ ਮਾਰਿਆ ਗਿਆ ਸੀ, ਇਸ ਪੱਖ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਉਹਨਾਂ ਦੇ ਪੱਖ ਦੇ ਵਿੱਚ ਗਵਾਹੀਆਂ ਦੇਣ ਵਾਲੇ, ਹਾਲਾਂਕਿ ਆਪਾਂ ਸ਼ੁਰੂ ਤੋਂ ਲੈ ਕੇ ਜਦੋਂ ਇਹ ਘਟਨਾ ਵਾਪਰੀ ਸੀ ਉਦੋਂ ਤੋਂ ਲੈ ਕੇ ਆਪਾਂ ਆਪਣੇ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਦੇ ਆ ਰਹੇ ਹਾਂ ਕਿਸ ਕਿਸ ਮੌਕੇ 'ਤੇ ਇਹਦੇ ਵਿੱਚ ਕੀ ਹੋਇਆ, ਕਿਉਂਕਿ ਇਹ ਖਬਰ ਜਿਹੜੀ ਹੈ ਬੜੀ ਅਹਿਮ ਹੈ, ਇਸ ਕਰਕੇ ਇਹਦੇ ਉੱਤੇ ਨਜ਼ਰ ਰੱਖਣੀ ਪੈਂਦੀ ਹੈ ਕਿ ਹੁਣ ਇਹਦੇ ਵਿੱਚ ਤਾਜ਼ਾ ਅਪਡੇਟ ਜਿਹੜਾ ਉਹ ਕੀ ਹੈ। ਸੁਪਰੀਮ ਕੋਰਟ ਜਿਹੜੀ ਆ ਉਹ ਸ਼ੁਰੂ ਤੋਂ ਲੈ ਕੇ ਇਹ ਗੱਲ ਕਹਿੰਦੀ ਆ ਰਹੀ ਹੈ, ਉਹਨਾਂ ਨੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਉਹਦੀ ਜਾਂਚ ਦੇ ਉੱਤੇ ਵੀ ਨਿਗਰਾਨੀ ਰੱਖਣ ਵਾਸਤੇ ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ ਨੂੰ ਲਾਇਆ ਸੀ ਕਿ ਉਹ ਸਾਰੀ ਕਾਰਵਾਈ ਨੂੰ ਮੋਨੀਟਰ ਕਰਨਗੇ, ਔਰ ਉਸ ਤੋਂ ਬਾਅਦ ਉਹਨਾਂ ਨੇ ਸੂਬੇ ਦੀ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਵੀ ਇਹ ਹਦਾਇਤਾਂ ਕੀਤੀਆਂ ਸੀ ਕਿ ਜਿਹੜੀਆਂ ਗਵਾਹੀਆਂ ਨੇ ਉਹ ਤੇਜ਼ੀ ਨਾਲ ਭੁਗਤਾਈਆਂ ਜਾਣ, ਠੀਕ ਢੰਗ ਨਾਲ ਭੁਗਤਾਈਆਂ ਜਾਣ, ਅਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਸੀ ਕਿ ਜਿਹੜੇ ਗਵਾਹ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ, ਉਹਨਾਂ ਦੇ ਉੱਤੇ ਕਿਸੇ ਆਨੇ ਬਹਾਨੇ ਜਿਹੜਾ ਕੋਈ ਹਮਲਾ ਉਹ ਨਾ ਹੋਵੇ। ਹੁਣ ਇੱਕ ਗਵਾਹ ਨੇ ਉਹਦੇ ਵਿੱਚ ਹਰਦੀਪ ਸਿੰਘ ਉਹਨਾਂ ਦੇ ਉੱਤੇ ਹਮਲਾ ਹੋਣ ਦੀ ਗੱਲ ਆਈ ਹੈ, ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਔਰ ਮੇਰੇ ਉੱਤੇ ਹਮਲਾ ਕਰਕੇ ਕੁੱਟਮਾਰ ਕੀਤੀ ਗਈ ਹੈ, ਮਾੜਾ ਚੰਗਾ ਵੀ ਬੋਲਿਆ ਗਿਆ ਹੈ, ਕਿਉਂਕਿ ਉੱਥੇ ਲੋਕ ਜ਼ਿਆਦਾ ਸੀ ਇਸ ਕਰਕੇ ਉਹਦੀ ਜਾਨ ਜਿਹੜੀ ਆਪਾਂ ਸਮਝਦੇ ਹਾਂ ਕਿ ਉਹ ਬਚ ਗਈ ਹੈ। ਪਤਾ ਲੱਗਿਆ ਕਿ ਉਹ ਆਪਣਾ ਕੁਛ ਟਰੈਕਟਰ ਟਰਾਲੀ ਦੇ ਉੱਤੇ ਆਪਣਾ ਕੋਈ ਸਮਾਨ ਲੈ ਕੇ ਜਾ ਰਿਹਾ ਸੀ ਔਰ ਰਸਤੇ ਦੇ ਵਿੱਚ ਉਸ ਨੂੰ ਘੇਰਿਆ ਗਿਆ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਇੱਕ ਨੇਤਾ ਨੇ ਮੇਹਰ ਸਿੰਘ ਦਿਓਲ ਉਹਦਾ ਨਾਂ ਆਇਆ, ਕੁਛ ਹੋਰ ਸੀਗੇ ਜਿਹੜੇ ਅਣਪਛਾਤੇ ਲੋਕ ਉਹਨਾਂ ਨੇ ਉਸ ਨੂੰ ਘੇਰ ਲਿਆ, ਉਹਦੇ ਨਾਲ ਪਹਿਲਾਂ ਜਿਹੜੀ ਹੈ ਗਲਤ ਸ਼ਬਦ ਉਹਦੇ ਨਾਲ ਬੋਲੇ ਗਏ, ਵੱਧ ਘੱਟ ਗਾਲ ਮੰਦਾ ਕੀਤਾ ਗਿਆ, ਫਿਰ ਉਸ ਤੋਂ ਕੁੱਟਮਾਰ ਕੀਤੀ ਗਈ। ਅਤੇ ਉਹ ਹਰਦੀਪ ਸਿੰਘ ਨੇ ਦੱਸਿਆ ਕਿ ਜਿਹੜਾ ਭਾਜਪਾ ਨੇਤਾ ਮੇਹਰ ਸਿੰਘ ਦਿਓਲ ਹੈ ਉਸ ਨੇ ਆਪਣੀ ਲਾਇਸੈਂਸੀ ਪਿਸਟਲ ਜਿਹੜੀ ਹੈ ਉਹ ਉਹਦੇ ਮੂੰਹ ਦੇ ਉੱਤੇ ਮਾਰੀ, ਉਹਦੀਆਂ ਜਿਹੜੀਆਂ ਫੋਟੋ ਵਾਇਰਲ ਹੋਈਆਂ ਨੇ ਉਹਦੇ ਸਿਰ ਦੇ ਵਿੱਚੋਂ ਖੂਨ ਵਗ ਰਿਹਾ, ਮੂੰਹ ਦੇ ਵਿੱਚੋਂ ਖੂਨ ਵਗ ਰਿਹਾ, ਅਤੇ ਨਾਲ ਉਸਨੂੰ ਧਮਕੀ ਵੀ ਦਿੱਤੀ ਗਈ ਕਿ ਜੇ ਤੂੰ ਹਜੇ ਵੀ ਗਵਾਹੀ ਦੇਣੋਂ ਨਾ ਟਲਿਆ ਤਾਂ ਫਿਰ ਤੈਨੂੰ ਮਾਰ ਦਿਆਂਗੇ। ਬੜੀ ਸਿੱਧੀ ਗੱਲ ਹੈ ਕਿ ਜੇ ਇਹ ਗੱਲ ਕੀਤੀ ਹੈ ਤਾਂ ਉਸਨੂੰ ਗਵਾਹੀ ਤੋਂ ਹਟਾਉਣ ਵਾਸਤੇ ਤਾਂ ਕਿ ਹਕੀਕਤ ਜਿਹੜੀ ਹੈ ਉਹ ਅਦਾਲਤ ਦੇ ਸਾਹਮਣੇ ਨਾ ਪਹੁੰਚ ਸਕੇ ਅਤੇ ਜੋ ਕੁਛ ਵੀ ਗੱਲਬਾਤ ਉਹਦੇ ਵਿੱਚ ਹੋਣੀ ਹੈ ਉਹ ਹੋ ਜਾਏ। ਇਸ ਚੀਜ਼ ਦਾ ਖਰਚਾ ਪਹਿਲਾਂ ਵੀ ਕੀਤਾ ਜਾਂਦਾ ਰਿਹਾ ਔਰ ਜਦੋਂ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਬੇਟਾ ਹੈ ਆਸ਼ੀਸ਼ ਮਿਸ਼ਰ ਉਹਦੀ ਜ਼ਮਾਨਤ ਰੱਦ ਕਰਨ ਬਾਰੇ ਉਹ ਕੇਸ ਵੀ ਅਜੇ ਜਿਹੜਾ ਪੈਂਡਿੰਗ ਹੈ ਅਦਾਲਤ ਦੇ ਵਿੱਚ ਕਿ ਉਸਨੂੰ ਜ਼ਮਾਨਤ ਕਿਵੇਂ ਦੇ ਦਿੱਤੀ ਗਈ ਹਾਈ ਕੋਰਟ ਵੱਲੋਂ, ਜਦੋਂ ਕਿ ਸੁਪਰੀਮ ਕੋਰਟ ਜਿਹੜੀ ਆ ਉਹ ਵੀ ਮੰਨਦੀ ਹੈ ਕਿ ਮਾਮਲਾ ਬਹੁਤ ਗੰਭੀਰ ਹੈ, ਪਰ ਸੁਪਰੀਮ ਕੋਰਟ ਨੇ ਅਜੇ ਉਹ ਮਾਮਲਾ ਪੈਂਡਿੰਗ ਰੱਖਿਆ ਹੋਇਆ, ਉਹਦੇ ਉੱਤੇ ਅਜੇ ਫੈਸਲਾ ਨਹੀਂ ਦਿੱਤਾ ਗਿਆ। ਪਰ ਉਦੋਂ ਤੱਕ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਆਸ਼ੀਸ਼ ਮਿਸ਼ਰ ਜਿਹੜਾ ਉਹ ਬਾਹਰ ਆ ਗਿਆ ਔਰ ਇਸ ਗੱਲ ਦਾ ਇਹ ਖਦਸ਼ਾ ਉਦੋਂ ਵੀ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਜੇ ਉਹ ਆਵੇਗਾ ਤਾਂ ਗਵਾਹਾਂ ਨੂੰ ਧਮਕਾਇਆ ਡਰਾਇਆ ਜਾ ਸਕਦਾ ਜਾਂ ਉਹਦੇ ਉੱਤੇ ਕੋਈ ਅਸਰ ਪੈ ਸਕਦਾ, ਫਰਕ ਪਾਇਆ ਜਾ ਸਕਦਾ। ਔਰ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਉਹਦੇ ਨਾਲ ਜੋੜੀਆਂ ਜਾ ਰਹੀਆਂ ਨੇ। ਇਸ ਸੰਬੰਧ ਦੇ ਵਿੱਚ ਜਿਹੜਾ ਵਕੀਲ ਹੈ ਇਸ ਧਿਰ ਦਾ, ਕਿਸਾਨਾਂ ਵਾਲੀ ਧਿਰ ਦਾ, ਉਸ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਕੁਛ ਦੋ ਚਾਰ ਲੋਕਾਂ ਦੇ ਖਿਲਾਫ਼, ਜਦੋਂ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਹ ਨੇਤਾ ਹੈ ਜਾਂ ਹੋਰ ਜਿਹੜੇ ਉਹਨਾਂ ਦੇ ਲੋਕ ਆ ਉਹਨਾਂ ਨੇ ਕਿਹਾ ਜੀ ਇਹ ਸਾਰੇ ਦੋਸ਼ ਝੂਠੇ ਨੇ, ਇਹ ਗਲਤ ਨੇ, ਮੈਂ ਤਾਂ ਉੱਥੇ ਦੋ ਧੜਿਆਂ 'ਚ ਲੜਾਈ ਹੋ ਰਹੀ ਸੀ, ਮੈਂ ਤਾਂ ਉਸਨੂੰ ਛਡਾਉਣ ਵਾਸਤੇ ਗਿਆ ਸੀ। ਹੁਣ ਉਹ ਤਾਂ ਆਪਣੇ ਟਰੈਕਟਰ ਟਰਾਲੀ ਦੇ ਉੱਤੇ ਇੱਕ ਧਿਰ ਦੇ ਲੋਕ ਜਾ ਰਹੇ ਸੀ, ਉੱਥੇ ਦੋ ਧੜੇ ਤਾਂ ਹੈ ਹੀ ਨਹੀਂ ਸੀ ਜਿਨ੍ਹਾਂ ਨੂੰ ਛਡਾਉਣ ਵਾਸਤੇ ਉਹ ਗਏ ਸੀ, ਪਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਤਾਂ ਉਹਨਾਂ ਨੂੰ ਛਡਾਉਣ ਗਿਆ ਸੀ, ਝੂਠ ਬੋਲਿਆ ਜਾ ਰਿਹਾ, ਇਸ ਤਰ੍ਹਾਂ ਦੀ ਜਿਹੜੀ ਹੈ ਉਹ ਕੋਈ ਗੱਲ ਨਹੀਂ ਹੋਈ। ਇਹ ਰਾਮਪੁਰ ਦਾ ਉਹ ਰਹਿਣ ਵਾਲਾ ਸੀ ਹਰਦੀਪ ਸਿੰਘ, ਅਤੇ ਰਾਮਪੁਰ ਦੇ ਰਹਿਣ ਵਾਲੇ ਤਿੰਨ ਗਵਾਹ ਹੋਰ ਨੇ ਜਿਹੜੇ ਉਹਦੇ ਨਾਲ ਸ਼ਾਮਿਲ ਨੇ, ਇੱਕ ਤਜਿੰਦਰ ਸਿੰਘ ਹੈ, ਇੱਕ ਗੁਰਜੀਤ ਸਿੰਘ ਹੈ, ਇੱਕ ਹਰਪਾਲ ਸਿੰਘ ਹੈ, ਔਰ ਸਾਰਿਆਂ ਨੇ ਹੀ ਉਹਦੇ ਵਿੱਚ ਇਸ ਚੀਜ਼ ਦਾ ਖਦਸ਼ਾ ਜ਼ਾਹਰ ਕੀਤਾ। ਇਸ ਤੋਂ ਪਹਿਲਾਂ ਦਲਜੀਤ ਦੇ ਉੱਤੇ ਵੀ ਹਮਲਾ ਕੀਤਾ ਗਿਆ ਸੀ ਜਿਹੜਾ ਕਿ ਮੁੱਖ ਗਵਾਹ ਹੈ, ਇਹ ਵੀ ਪਤਾ ਲੱਗਿਆ ਕਿ ਉਹ ਖੰਡ ਮਿਲ ਵਾਸਤੇ ਆਪਣਾ ਗੰਨਾ ਲੈ ਕੇ ਟਰਾਲੀ ਦੇ ਉੱਤੇ ਜਾ ਰਿਹਾ ਸੀ ਅਤੇ ਉਹਦੇ ਉੱਤੇ ਜਿਹੜੇ ਭਾਜਪਾ ਵਰਕਰ ਸੀ ਰਸਤੇ ਵਿੱਚ ਉਹ ਜਲੂਸ ਕੱਢ ਰਹੇ ਸੀ, ਉਹ ਭੜਕ ਪਏ, ਉਹਨਾਂ ਨੇ ਉਹਦੇ ਵੀ ਕਾਫੀ ਸੱਟਾਂ ਲਾਈਆਂ, ਉਹਦਾ ਸਿਰ ਫਟ ਗਿਆ ਸੀ। ਉਸ ਤੋਂ ਬਾਅਦ ਇਹ ਦੂਜਾ ਕਾਂਡ ਜਿਹੜਾ ਉਹ ਇਹ ਹੋਇਆ।
ਅਤੇ ਵਕੀਲ ਨੇ ਇਹ ਪੋਸਟ ਪਾਈ ਹੈ ਟਵੀਟ ਦੇ ਉੱਤੇ, ਜਾਣਕਾਰੀ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕੀਤਾ ਹੈ ਅਤੇ ਪੀੜਤ ਧਿਰ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਗਵਾਹਾਂ ਦੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾਵੇ, ਨਹੀਂ ਤਾਂ ਇਹ ਮਾਮਲਾ ਜਿਹੜਾ ਹੈ ਉਹ ਰਸਤੇ ਵਿੱਚ ਹੀ ਗੜਬੜਾ ਸਕਦਾ ਹੈ, ਕਿਸੇ ਸਿਰੇ ਨਹੀਂ ਲੱਗ ਸਕਦਾ ਅਤੇ ਅਦਾਲਤ ਦੇ ਸਾਹਮਣੇ ਹਕੀਕਤ ਜਿਹੜੀ ਹੈ ਉਹ ਨਹੀਂ ਪਹੁੰਚ ਸਕੇਗੀ। ਹਾਂਜੀ ਜੀ ਸੰਧੂ ਸਾਹਿਬ, ਸੰਧੂ ਸਾਹਿਬ ਸਿੱਧੂ ਮੂਸੇਵਾਲੇ ਦਾ ਕੀ ਚੱਕਰ ਪੈ ਗਿਆ? ਕਹਿੰਦੇ ਬਾਈ ਨੇ ਕੋਈ ਨਵਾਂ ਗੀਤ ਕੱਢਦਾ ਅਤੇ ਪੰਜਾਬੀਆਂ ਨੂੰ ਸਾਰਿਆਂ ਨੂੰ ਗੱਦਾਰ ਕਹਿਤਾ, ਸੂਬੇ 'ਚ ਭੜਥੂ ਅਤੇ ਸੋਨੀਆ ਗਾਂਧੀ ਤੋਂ ਸਪਸ਼ਟੀਕਰਨ ਮੰਗਿਆ ਜਾ ਰਿਹਾ। ਮੈਂ ਤਾਂ ਅਜੇ ਤੱਕ ਇਹ ਗੀਤ ਜਿਹੜਾ ਸੁਣ ਨਹੀਂ ਸਕਿਆ, ਕਿਉਂਕਿ ਸੋਨੀਆ ਗਾਂਧੀ ਤੋਂ ਇਸ ਕਰਕੇ ਸਪਸ਼ਟੀਕਰਨ ਮੰਗਿਆ ਜਾ ਰਿਹਾ, ਜਿਹੜੇ ਪੰਜਾਬ ਕਾਂਗਰਸ ਦੇ ਨਵੇਂ ਨਵੇਂ ਪ੍ਰਧਾਨ ਬਣੇ ਨੇ ਰਾਜਾ ਵੜਿੰਗ, ਉਹਨਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਜਾ ਰਿਹਾ, ਉਹ ਇਸ ਕਰਕੇ ਕਿਉਂਕਿ ਉਹ ਹਾਲ ਹੀ ਵਿੱਚ ਉਸਨੇ ਕਾਂਗਰਸ ਦੀ ਟਿਕਟ ਦੇ ਉੱਤੇ ਮਾਨਸਾ ਹਲਕੇ ਤੋਂ ਵਿਧਾਨ ਸਭਾ ਦੀ ਇਹ ਚੋਣ ਲੜੀ ਹੈ ਜਿਹਦੇ ਵਿੱਚ ਉਹ ਹਾਰ ਗਿਆ, ਅਤੇ ਉਹ ਕਿਹਾ ਜਾਂਦਾ ਵੀ ਹਾਰਨ ਤੋਂ ਬਾਅਦ ਫਿਰ ਉਹ ਮਤਲਬ ਕੁਛ ਇਸ ਤਰ੍ਹਾਂ ਦੀ ਉਹਦੀ ਤਬੀਅਤ ਜਿਹੜੀ ਆ ਉਹ ਹੋ ਗਈ ਆ। ਉਹਦੇ ਤੋਂ ਬਾਅਦ ਉਸਨੇ ਇੱਕ ਗੀਤ ਕੱਢਿਆ ਸਕੇਪ ਗੋਟ ਕਰਕੇ, ਉਹਦਾ ਕੋਈ ਟਾਈਟਲ ਰੱਖਿਆ ਗਿਆ, ਅਤੇ ਉਹਦੇ ਵਿੱਚ ਉਹਨੇ ਪੰਜਾਬ ਦੇ ਲੋਕਾਂ ਨੂੰ ਗੱਦਾਰ ਸ਼ਬਦ ਨਾਲ ਸੰਬੋਧਨ ਕੀਤਾ ਹੈ, ਕੁਝ ਹੋਰ ਵੀ ਉਹਨਾਂ ਨੇ ਹਲਕੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਮੈਂ ਤਾਂ ਬਦਕਿਸਮਤੀ ਨਾਲ ਅਜੇ ਗੀਤ ਸੁਣ ਨਹੀਂ ਸਕਿਆ ਤਾਂ ਕਿ ਪਤਾ ਲੱਗ ਸਕੇ ਕਿ ਹਕੀਕਤ ਵੀ ਕੀ ਹੈ, ਪਰ ਜੋ ਮੀਡੀਆ ਦੇ ਵਿੱਚ ਰਿਪੋਰਟਾਂ ਆ ਰਹੀਆਂ ਨੇ, ਜੋ ਸਿਆਸੀ ਲੋਕਾਂ ਵੱਲੋਂ ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਉੱਤੇ ਨਿਸ਼ਾਨੇ ਲਾਏ ਜਾ ਰਹੇ ਨੇ ਕਿ ਤੁਹਾਡਾ ਕਾਂਗਰਸ ਦਾ ਬੰਦਾ ਜਿਹੜਾ ਹੈ ਉਹ ਕੀ ਕਰ ਰਿਹਾ ਹੈ, ਤੁਸੀਂ ਇਸ ਮਾਮਲੇ ਦੇ ਵਿੱਚ ਸਪਸ਼ਟੀਕਰਨ ਦਿਓ, ਕੌਮੀ ਪ੍ਰਧਾਨ ਜਿਹੜੇ ਨੇ ਕਾਂਗਰਸ ਦੇ ਸੋਨੀਆ ਗਾਂਧੀ, ਉਹ ਵੀ ਸਪਸ਼ਟੀਕਰਨ ਦੇਣ, ਰਾਜਾ ਵੜਿੰਗ ਵੀ ਸਪਸ਼ਟੀਕਰਨ ਦੇਵੇ, ਅਤੇ ਉਸ ਨੂੰ ਇਹ ਵੀ ਗੱਲ ਕਹੀ ਗਈ ਹੈ ਕਿ ਤੁਸੀਂ ਆਪਣੇ ਗੀਤ ਵਿੱਚ 3 ਕਰੋੜ ਪੰਜਾਬੀਆਂ ਨੂੰ ਜਿਹੜਾ ਗਦਾਰ ਸ਼ਬਦ ਕਹਿ ਕੇ ਕੀਤਾ ਹੈ, ਇਹ ਗੱਲ ਬਿਲਕੁਲ ਗਲਤ ਹੈ ਅਤੇ ਕਾਂਗਰਸ ਦੇ ਪੰਜਾਬ ਵੱਲੋਂ ਵਿਰੋਧੀ ਰਵੱਈਏ ਦੀ, ਨੀਤੀ ਦੀ ਅਤੇ ਇਤਿਹਾਸ ਦੀ ਇਹ ਵੀ ਇੱਕ ਪੇਸ਼ਕਾਰੀ ਹੈ। ਹੁਣ ਇਹਨੂੰ ਅੱਗੇ ਜੋੜ ਦਿੱਤਾ ਗਿਆ ਉਹ ਗੀਤ ਤੋਂ ਪੂਰੀ ਕਾਂਗਰਸ ਦੀ ਨੀਤੀ ਦੇ ਨਾਲ, ਵਿਚਾਰਧਾਰਾ ਦੇ ਨਾਲ, ਕਿ ਉਹਨਾਂ ਨੇ ਪੰਜਾਬ ਦੇ ਸੂਰਵੀਰਾਂ ਨੂੰ ਗਦਾਰ ਕਹਿ ਕੇ ਸੰਬੋਧਨ ਕੀਤਾ ਔਰ ਬੜੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਅਤੇ ਕਿਹਾ ਗਿਆ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਤਾਂ ਕਦੇ ਵੀ ਗਦਾਰ ਨਹੀਂ ਹੋਏ, ਉਹ ਹਮੇਸ਼ਾ ਹੀ ਜੁਝਾਰੂ ਤਬੀਅਤ ਵਾਲੇ ਔਰ ਹੱਕ ਸੱਚ ਦੇ ਉੱਤੇ ਪਹਿਰਾ ਦੇਣ ਵਾਲੇ ਉਹ ਰਹੇ ਨੇ ਸ਼ੁਰੂ ਦੇ ਵਿੱਚ। ਕੈਬਨਿਟ ਮੰਤਰੀ ਜਿਹੜੇ ਬੈਂਸ ਨੇ, ਉਹਨਾਂ ਨੇ ਵੀ ਇਸੇ ਤਰ੍ਹਾਂ ਦੇ, ਹਰਜੋਤ ਬੈਂਸ, ਉਹਨਾਂ ਨੇ ਵੀ ਟਵੀਟ ਕਰਕੇ ਕਿਹਾ ਕਿ ਮੂਸੇਵਾਲਾ ਦਾ ਇਹ ਗੀਤ ਬੜਾ ਸ਼ਰਮਨਾਕ ਹੈ, ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜਾ ਉਹ ਪਾਰਟੀ ਲੀਡਰਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ। ਇਸ ਤੋਂ ਅੱਗੇ ਅਜੇ ਕੁਛ ਹੋਰ ਇਹਦੇ ਵਿੱਚ ਗੱਲ ਨਹੀਂ ਆਈ ਕਿ ਕੀ ਇਹਦੇ ਵਿੱਚ ਪ੍ਰਤੀਕਿਰਿਆ ਉਹਨਾਂ ਦੀ ਆਈ ਹੈ ਕਿ ਨਹੀਂ ਆਈ, ਪਰ ਇਸ ਗੱਲ ਨੂੰ ਲੈ ਕੇ ਕਾਫੀ ਧਮੱਚੜ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਵਿੱਚ ਵੀ ਅਤੇ ਕੁਝ ਹੋਰ ਲੋਕਾਂ ਦੇ ਵਿੱਚ ਵੀ ਪਿਆ ਹੋਇਆ। ਜੀ ਸੰਧੂ ਸਾਹਿਬ, ਬਲਵੀਰ ਸਿੰਘ ਰਾਜੇਵਾਲ ਹੋਰਾਂ ਦੇ ਸੰਯੁਕਤ ਕਿਸਾਨ ਮੋਰਚੇ ਨੂੰ ਕਹਿੰਦੇ 16 ਕਿਸਾਨ ਜਥੇਬੰਦੀਆਂ ਨੇ ਅਲਵਿਦਾ ਆਖ ਦਿੱਤੀ ਹੈ ਜੀ। ਮੈਨੂੰ ਐਂ ਸੀ ਵੀ ਚੋਣਾਂ ਤੋਂ ਬਾਅਦ ਇੱਕ ਦੂਜੇ ਨੂੰ ਨਾਲ ਰਲਾ ਲੈਣਗੇ, ਪਰ ਇਹ ਤਾਂ ਅੱਡੋ ਅੱਡੀ ਕਰਤਾ ਕੰਮ। ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲਿਆ ਸੀਗਾ ਉਹਦੇ ਵਿੱਚ ਇੰਨਾ ਜ਼ਿਆਦਾ ਉਸ ਵੇਲੇ ਏਕਾ ਸੀ ਔਰ ਇੰਨੀ ਜ਼ਿਆਦਾ ਅੰਦੋਲਨ ਦੀ ਮਜ਼ਬੂਤੀ ਸੀ, ਉਹਨੂੰ ਆਮ ਲੋਕਾਂ ਦਾ ਵੀ ਇੰਨਾ ਜ਼ਿਆਦਾ ਹਮਾਇਤ ਮਿਲੀ ਸੀ ਕਿ ਸ਼ਾਇਦ ਉਸ ਤੋਂ ਲੈ ਕੇ ਹੀ ਬਲਵੀਰ ਸਿੰਘ ਰਾਜੇਵਾਲ ਹੋਰੀ ਜਾਂ ਕੁਝ ਹੋਰ ਜਿਹੜੇ ਚੁੜਨੀ ਵਰਗੇ ਨੇਤਾ ਹਰਿਆਣੇ ਵਾਲੇ ਉਹ ਇਸ ਪਾਸੇ ਵੱਲ ਨੂੰ ਉਹਨਾਂ ਨੇ ਆਪਣਾ ਮੂੰਹ ਮੋੜਿਆ ਕਿ ਅਸੀਂ ਚੋਣਾਂ ਲੜੀਏ, ਜੇ ਅਸੀਂ ਵੋਟਾਂ ਪਾਉਂਦੇ ਹਾਂ ਲੋਕ ਜਿੱਤ ਜਾਂਦੇ ਆ ਅਤੇ ਅਸੀਂ ਆਪ ਕਿਉਂ ਨਹੀਂ ਜਿੱਤ ਸਕਦੇ। 22 ਕਿਸਾਨ ਜਥੇਬੰਦੀਆਂ ਸੀ ਜਿਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਦਾ ਉਸ ਵੇਲੇ ਫੈਸਲਾ ਕਰ ਲਿਆ ਅਤੇ ਆਗੂ ਬਣਾ ਲਿਆ ਪੰਜਾਬ ਦੇ ਵਿੱਚ ਉਹਨਾਂ ਨੇ ਬਲਵੀਰ ਸਿੰਘ ਰਾਜੇਵਾਲ ਨੂੰ। ਚੋਣਾਂ ਲੜੀਆਂ ਗਈਆਂ, ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ 'ਚੋਂ ਸਿਰਫ ਇੱਕ ਬੰਦਾ ਹੀ ਜ਼ਮਾਨਤ ਬਚਾ ਸਕਿਆ, ਆਪਣੀ ਬਾਕੀ ਸਾਰੇ ਜਿਹੜੇ ਸੀ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਬਹੁਤ ਮਾੜੀ ਹਾਲਤ ਹੋਈ, ਬਲਵੀਰ ਸਿੰਘ ਰਾਜੇਵਾਲ ਵੀ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਉਸ ਤੋਂ ਬਾਅਦ ਹੁਣ ਕਿਸਾਨ ਆਗੂ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ 16 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਸੱਦੀ ਸੀ ਔਰ ਉਹਨਾਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਇਹ ਐਲਾਨ ਕੀਤਾ ਹੈ ਕਿ ਉਹ ਹੁਣ ਭਵਿੱਖ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦਾ ਹਿੱਸਾ ਨਹੀਂ ਰਹਿਣਗੇ, ਸੰਯੁਕਤ ਸਮਾਜ ਮੋਰਚੇ ਨੂੰ ਅਸੀਂ ਛੱਡ ਰਹੇ ਹਾਂ। ਦੂਜੀ ਗੱਲ ਉਹਨਾਂ ਦੇ ਵੱਲੋਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਫਿਰ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਦੁਬਾਰਾ ਸ਼ਾਮਿਲ ਹੋ ਜਾਣ, ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਦਾ ਸੰਕੇਤ ਦਿੱਤਾ। ਅਜੇ ਇਹ ਤਾਂ ਨਹੀਂ ਕਿਹਾ ਉਹਨਾਂ ਨੇ ਖੁੱਲ੍ਹ ਕੇ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਵਿੱਚ ਦੁਬਾਰਾ ਜਾ ਰਹੇ ਹਾਂ, ਕਿਉਂਕਿ ਅੱਗੋਂ ਅਗਲੀ ਧਿਰ ਦੀ ਵੀ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਕਿ ਉਹ ਇਹਨਾਂ ਨੂੰ ਹੁਣ ਦੁਬਾਰਾ ਸ਼ਾਮਿਲ ਕਰਨਗੇ ਵੀ ਕਿ ਨਹੀਂ, ਕਿਉਂਕਿ ਉਸ ਵੇਲੇ ਰਕੇਸ਼ ਟਕੈਤ ਹੋਰਾਂ ਨੇ ਅਤੇ ਹੋਰ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਨੇ ਇਸ ਚੀਜ਼ ਦਾ ਬੜਾ ਬੁਰਾ ਮਨਾਇਆ ਸੀਗਾ। ਹਾਲਾਂਕਿ ਕੋਈ ਖੁੱਲ੍ਹ ਕੇ ਕੁਛ ਨਹੀਂ ਉਹ ਬੋਲੇ, ਪਰ ਉਹਨਾਂ ਨੇ ਬੁਰਾ ਮਨਾਇਆ ਸੀ ਕਿ ਸਾਡਾ ਕੰਮ ਸਿਆਸਤ ਕਰਨਾ ਨਹੀਂ ਹੈ।
ਹੁਣ ਉਹ ਇਹਨਾਂ ਨੂੰ ਵਾਪਸ ਲੈਂਦੇ ਨੇ ਕਿ ਨਹੀਂ ਲੈਂਦੇ, ਇਸ ਕਰਕੇ ਉਹਨਾਂ ਨੇ ਸਪਸ਼ਟ ਬਿਆਨ ਨਹੀਂ ਦਿੱਤਾ। ਪਰ ਇਹ ਗੱਲ ਉਹਨਾਂ ਨੇ ਜ਼ਰੂਰ ਕਰ ਦਿੱਤੀ ਹੈ ਕਿ ਜਿਹੜਾ ਹੁਣ ਅੰਦੋਲਨ ਚਲਾਇਆ ਜਾਣਾ ਹੈ MSP ਦੀ ਗਰੰਟੀ ਨੂੰ ਲੈ ਕੇ 11 ਤੋਂ 17 ਅਪ੍ਰੈਲ ਤੱਕ ਜਾਰੀ ਰਹਿਣਾ, ਉਹ ਅੰਦੋਲਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਚਲਾਇਆ ਜਾਣਾ, ਅਸੀਂ ਉਸ ਦੀ ਮੁਹਿੰਮ ਦਾ ਹਿੱਸਾ ਬਣਾਂਗੇ। ਬਹੁਤ ਸਾਰੀਆਂ ਜਥੇਬੰਦੀਆਂ ਸੀ ਜਿਹੜਾਂ ਨੇ ਪੰਜਾਬ ਦੀਆਂ ਪਹਿਲਾਂ ਹੀ ਐਲਾਨ ਕਰਤਾ ਸੀ ਕਿ ਅਸੀਂ ਚੋਣਾਂ ਨਹੀਂ ਲੜਾਂਗੀਆਂ ਪੰਜਾਬ ਦੇ ਨਾਲ ਸੰਬੰਧਿਤ, ਔਰ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਦੇ ਵਿੱਚੋਂ 16 ਹੁਣ ਇਹ ਨੇ ਜਿਹੜੀਆਂ ਵੱਖ ਹੋ ਗਈਆਂ ਨੇ। ਇਸ ਸੰਬੰਧ ਵਿੱਚ ਕੋਈ ਅਜੇ ਰਾਜੇਵਾਲ ਦੀ ਜਿਹੜੀ ਹੈ ਟਿੱਪਣੀ ਨਹੀਂ ਆਈ ਕਿ ਹੁਣ ਉਹ ਸੰਯੁਕਤ ਸਮਾਜ ਮੋਰਚੇ ਨੂੰ ਅੱਗੇ ਜਾਰੀ ਰੱਖਣਗੇ ਕਿ ਨਹੀਂ, ਉਹਦੀ ਮੀਟਿੰਗ ਕਰਨਗੇ ਕਿ ਨਹੀਂ, ਇਸ ਸਾਰਾ ਜੋ ਅੱਜ ਜੋ ਕੁਛ ਹੋਇਆ ਇਹਦੇ ਉੱਤੇ ਉਹ ਟਿੱਪਣੀ ਕਰਨਗੇ ਕਿ ਨਹੀਂ, ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਛੱਡ ਕੇ ਦੁਬਾਰਾ ਫਿਰ ਉਸ ਪਾਸੇ ਨੂੰ ਉੱਲਰ ਰਹੀਆਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ, ਇਸ ਸੰਬੰਧ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਹੈ? ਉਹਨਾਂ ਦੀ ਕੋਈ ਟਿੱਪਣੀ ਅਜੇ ਪ੍ਰਾਪਤ ਨਹੀਂ ਹੋਈ, ਪਰ ਇਹਨਾਂ ਕਿਸਾਨ ਜਥੇਬੰਦੀਆਂ ਨੇ ਨਾ ਸਿਰਫ ਸੰਯੁਕਤ ਸਮਾਜ ਮੋਰਚੇ ਨੂੰ ਅਲਵਿਦਾ ਕਿਹਾ, ਸਗੋਂ ਉਹਨਾਂ ਨੇ ਸਿਆਸਤ ਨੂੰ ਵੀ ਅਲਵਿਦਾ ਕਹਿ ਦਿੱਤਾ ਕਿ ਅਸੀਂ ਭਵਿੱਖ ਦੇ ਵਿੱਚ ਸਿਆਸਤ ਦੇ ਰਾਹ ਕਦੇ ਨਹੀਂ ਪਾਵਾਂਗੇ, ਸਾਡਾ ਕੰਮ ਹੈ ਕਿਸਾਨਾਂ ਲਈ ਲੜਨਾ, ਖੇਤੀਬਾੜੀ ਵਾਸਤੇ ਲੜਨਾ, ਖੇਤੀਬਾੜੀ ਦੇ ਹੱਕ ਵਿੱਚ ਲੜਨਾ, ਅਤੇ ਉਹੀ ਕੰਮ ਜਿਹੜਾ ਹੈ ਅਸੀਂ ਉਹ ਆਪਣਾ ਉਹਨੂੰ ਹੀ ਤਨਦੇਹੀ ਨਾਲ ਕਰਾਂਗੇ, ਇਸ ਪਾਸੇ ਨੂੰ ਨਹੀਂ ਜਾਵਾਂਗੇ। ਅਤੇ ਸਰ ਇੱਕ ਪੰਜਾਬ ਦੇ ਵਿੱਚ ਕਹਿੰਦੇ ਕੋਇਲੇ ਦੀ ਘਾਟ ਹੋ ਰਹੀ ਹੈ ਜਿਹਦੇ ਨਾਲ ਬਿਜਲੀ ਦਾ ਸੰਕਟ ਪੈਦਾ ਹੋ ਰਿਹਾ ਅਤੇ ਜਨਤਾ ਲਈ ਮੁਸੀਬਤ ਹੋ ਰਹੀ ਹੈ, ਭਗਵੰਤ ਮਾਨ ਦੀ ਸਰਕਾਰ ਦੇ ਪੇਚ ਕਸੇ ਜਾ ਰਿਹਾ ਫਿਰ ਕੇਂਦਰ ਵੱਲੋਂ? ਬਿਲਕੁਲ ਜੀ, ਕੱਟ ਜਿਹੜੇ ਨੇ ਰੋਜ਼ ਉਹ ਜਲੰਧਰ ਵਰਗੇ ਸ਼ਹਿਰਾਂ ਵਿੱਚ, ਅੰਮ੍ਰਿਤਸਰ ਲੁਧਿਆਣਾ ਵਰਗੇ ਸ਼ਹਿਰਾਂ 'ਚ ਉੱਥੋਂ ਖਬਰਾਂ ਆ ਰਹੀਆਂ ਨੇ, ਮੈਂ ਦੇਖੀਆਂ ਅੱਜ ਖਬਰਾਂ ਕਿ ਉੱਥੇ ਵੀ ਜਿਹੜੇ ਕੱਟ ਆ ਉਹ ਲੱਗ ਰਹੇ ਆ, ਇੱਥੇ ਵੀ ਕੱਟ ਲੱਗ ਰਹੇ ਨੇ, ਔਰ ਲੱਗਣੇ ਹੀ ਆ ਕੱਟ ਕਿਉਂਕਿ 4 ਥਰਮਲ ਯੂਨਿਟ ਇਸ ਵੇਲੇ ਤੱਕ ਬੰਦ ਨੇ। ਉਹਨਾਂ ਨੇ 4 ਥਰਮਲ ਜਿਹੜੇ ਯੂਨਿਟ ਨੇ ਉਹਨਾਂ ਨੇ 1400 ਮੈਗਾਵਾਟ ਤੋਂ ਵੱਧ ਦੀ ਬਿਜਲੀ ਦਾ ਉਤਪਾਦਨ ਕਰਨਾ ਸੀ ਜਿਹੜਾ ਨਹੀਂ ਹੋ ਰਿਹਾ, ਔਰ ਬਾਹਰੋਂ ਸੱਜਿਓਂ ਖੱਬਿਓਂ ਬਿਜਲੀ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੋਰ ਆਪਣੇ ਆਪਣੇ ਯਤਨ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਜੇ ਕਿ ਪੰਜਾਬ ਸਟੇਟ ਜਿਹੜਾ ਪਾਵਰ ਕੌਮ ਹੈ ਉਹਦੇ ਅਧਿਕਾਰੀ ਹਜੇ ਵੀ ਇਹ ਗੱਲ ਨਹੀਂ ਮੰਨਦੇ, ਉਹ ਕਹਿੰਦੇ ਨਹੀਂ ਨਹੀਂ ਬਿਜਲੀ ਦੇ ਤਾਂ ਕੋਈ ਘਾਟ ਨਹੀਂ ਹੈ, ਬਿਜਲੀ ਤਾਂ ਸਾਡੇ ਕੋਲ ਠੀਕ ਹੈ, ਤਸੱਲੀ ਬਖਸ਼ ਹੈ, ਇਹ ਕੱਟ ਦਾ ਤਾਂ ਕੋਈ ਹੋਰ ਕਾਰਨ ਹੈ, ਜਿਹੜਾ ਬਠਿੰਡੇ 'ਚ ਕੱਟ ਲੱਗਿਆ ਉਹਦਾ ਹੋਰ ਕਾਰਨ ਹੈ, ਫਿਰੋਜ਼ਪੁਰ ਵਾਲਾ ਕੱਟ ਦਾ ਹੋਰ ਕਾਰਨ ਹੈ, ਮਤਲਬ ਉਹ ਇਸ ਤਰ੍ਹਾਂ ਦੀਆਂ ਦਲੀਲਾਂ ਦੇ ਰਹੇ ਨੇ। ਪਰ ਹਕੀਕਤ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਕਰਕੇ ਬਿਜਲੀ ਕੱਟ ਲੱਗ ਰਹੇ ਨੇ ਕਿਉਂਕਿ 4 ਥਰਮਲ ਯੂਨਿਟ ਜਿਹੜੇ ਨੇ ਉਹ ਬੰਦ ਨੇ, ਔਰ ਬਾਕੀਆਂ ਦੇ ਉੱਤੇ ਵੀ ਇਹ ਤਲਵਾਰ ਲਟਕੀ ਹੋਈ ਹੈ ਕਿ ਜੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਇਲਾ ਨਾ ਮਿਲਿਆ ਤਾਂ ਉਹਨਾਂ ਦੇ ਉੱਤੇ ਹੋਰ ਸੰਕਟ ਜਿਹੜਾ ਉਹ ਪੈਦਾ ਆ ਸਕਦਾ ਅਤੇ ਉਹ ਸੰਕਟ ਫਿਰ ਪੰਜਾਬ ਉੱਤੇ ਵੀ ਬਣ ਸਕਦਾ। ਹੁਣ ਜਦੋਂ ਪੰਜਾਬ ਦੇ ਵਿੱਚ ਬਿਜਲੀ ਨਹੀਂ ਹੋਏਗੀ ਤਾਂ ਫਿਰ 300 ਯੂਨਿਟ ਬਿਜਲੀ ਮੁਫਤ ਕਿੱਦਾਂ ਦਿੱਤੀ ਜਾਣੀ ਹੈ? ਦੂਜੇ ਪਾਸੇ ਇਹ ਮਸਲਾ ਵੱਡਾ ਖੜਾ ਹੋ ਗਿਆ ਕਿ ਕਿੰਨੇ ਖਪਤਕਾਰ ਨੇ ਜਿਹੜੇ ਪੰਜਾਬ ਦੇ ਵਿੱਚ ਘਰ ਨੇ ਜਿੰਨੇ 73-74 ਲੱਖ ਪਰਿਵਾਰ ਜਿਹੜੇ ਦੱਸੇ ਜਾਂਦੇ ਨੇ ਜਿਨ੍ਹਾਂ ਨੂੰ ਮੁਫਤ ਬਿਜਲੀ 300-300 ਯੂਨਿਟ ਦੇਣੀ ਹੈ, 1300-1400 ਕਰੋੜ ਰੁਪਇਆ ਇੱਕ ਮਹੀਨੇ ਦਾ ਉਹਦਾ ਖਰਚਾ ਬਣਦਾ ਹੈ, ਉਹ ਸਾਰਾ ਭਾਰ ਜਿਹੜਾ ਉਹ ਪੰਜਾਬ ਸਰਕਾਰ 'ਤੇ ਪੈਣਾ ਜਾਂ PSPCL ਦੇ ਉੱਤੇ ਪੈਣਾ, ਜਾਂ ਫਿਰ ਆਪਾਂ ਇੰਜ ਕਹੀਏ ਜਿਵੇਂ ਹੁਣੇ ਜੇ ਤੁਸੀਂ ਕੈਨੇਡਾ ਦੀ ਇੱਕ ਖਬਰ ਕਰ ਰਹੇ ਸੀਗੇ ਕਿ ਕਾਰਨ ਕੋਈ ਵੀ ਹੋਵੇ ਟੈਕਸ ਤਾਂ ਫਿਰ ਲੋਕਾਂ ਨੂੰ ਲੈਣਾ ਪੈਣਾ, ਉਹ ਲੱਗਦਾ ਇਹ ਹੈ ਕਿ ਫਿਰ ਭਾਰ ਤਾਂ ਫਿਰ ਅਲਟੀਮੇਟਲੀ ਉਹ ਪੰਜਾਬ ਵਾਲੇ ਲੋਕਾਂ ਦੇ ਉੱਤੇ ਹੀ ਪੈਣਾ ਨਾ, PSPCL ਨੇ ਕਿਹੜਾ ਜੇਬ 'ਚੋਂ ਦੇਣਾ, ਨਾ ਸਰਕਾਰ ਨੇ ਜੇਬ 'ਚੋਂ ਦੇਣਾ, ਉਹ ਕਿਸੇ ਹੋਰ ਢੰਗ ਨਾਲ ਫਿਰ ਲੋਕਾਂ ਤੋਂ ਵਸੂਲਿਆ ਜਾਊਗਾ, ਅਤੇ ਫਿਰ ਉਹ ਇਹ ਕਹਿਣਗੇ ਠੀਕ ਹੈ ਜੀ ਅਗਲੇ ਮਹੀਨੇ ਹੁਣ ਤੁਸੀਂ ਪਹਿਲਾਂ ਇੰਨਾ ਟੈਕਸ ਦਿੰਦੇ ਸੀ ਹੁਣ ਤੁਸੀਂ ਅਗਲੇ ਮਹੀਨੇ ਇੰਨਾ ਦਿਓ, ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਮਹਿੰਗੀਆਂ ਕਰ ਦੇਣਗੇ। ਸੋ ਇਸ ਕਰਕੇ ਆਲਰੇਡੀ ਜਿਹੜਾ ਬਿਜਲੀ ਸੰਕਟ ਹੈ ਉਹ ਬਹੁਤ ਜ਼ਿਆਦਾ ਹੈ, ਔਰ ਜੋ ਉਹਦੇ ਸੰਬੰਧ ਦੇ ਵਿੱਚ ਘਾਟਾ ਆ ਉਹ ਬਹੁਤ ਜ਼ਿਆਦਾ ਹੈ। ਜੇ ਕੇਂਦਰ ਵੱਲੋਂ ਅਤੇ ਇੰਡਸਟਰੀ ਨੂੰ ਜਾਂ ਹੋਰ ਖੇਤਰਾਂ ਨੂੰ ਜਿਹੜੀ ਸਬਸਿਡੀ ਦਿੱਤੀ ਜਾ ਰਹੀ, ਕੋਈ 12,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ, ਉਹ ਵੀ ਸਰਕਾਰ ਨੂੰ ਭਰਨੀ ਪੈਂਦੀ ਹੈ, ਅੱਗੋਂ ਮੁਫਤ ਬਿਜਲੀ ਵਾਲੀ ਜਿਹੜੀ ਹੈ ਉਹ ਵੀ ਸਰਕਾਰ ਨੂੰ ਭਰਨੀ ਪੈਗੀ। ਸਰਕਾਰ ਆਪ ਹੀ ਕਹਿ ਰਹੀ ਹੈ ਕਿ ਅਸੀਂ 3,00,000 ਕਰੋੜ ਰੁਪਏ ਦੇ ਘਾਟੇ ਵਿੱਚ ਚੱਲ ਰਹੇ ਹਾਂ, ਸਾਡੇ ਕੋਲ ਪੈਸਾ ਕਿੱਥੋਂ ਆਉਣਾ ਹੈ? ਮਤਲਬ ਇਹ ਕੁਛ ਇਹੋ ਜਿਹੇ ਸਵਾਲ ਹੈ ਜਿਹੜੇ ਮਤਲਬ ਸਰਕਾਰ ਦੇ ਸਾਹਮਣੇ ਖੜ੍ਹੇ ਆ, ਪਰ ਸਰਕਾਰ ਹੁਣ ਦੇਖੋ ਇਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਅਲਾਦੀਨ ਦਾ ਚਿਰਾਗ ਜਿਹੜਾ ਉਹ ਰਗੜਦੀ ਹੈ ਕਿ ਜਿੰਨ ਪ੍ਰਗਟ ਹੋ ਕੇ ਸਾਰੇ ਮਸਲੇ ਹੱਲ ਕਰ ਦੇਵੇ। ਹਾਂਜੀ ਜੀ ਸੰਧੂ ਸਾਹਿਬ, ਖਬਰਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ, ਦੁਬਾਰਾ ਕੱਲ੍ਹ ਨੂੰ ਗੱਲ ਕਰਾਂਗੇ ਜੀ। ਠੀਕ ਹੈ ਜੀ, ਧੰਨਵਾਦ ਰਮਨ ਜੀ, ਧੰਨਵਾਦ, ਸ਼ੁਕਰੀਆ ਜੀ, ਮਿਹਰਬਾਨੀ।